मैं मंडी प्रधान जोगिंदर सिंह, मैं मंडी प्रधान जोगिंदर सिंह मंडी अटारी के सानू बहुत तगड़ी मुश्किल आ रही है। टेंडर किसी उस बंदे नूं देता जिहदे कोल ट्रांसपोर्ट दीआं गड्डियां ही नहीं। असीं बहुत खज्जल खराब हो गए हैं, बहुत ज़्यादा खराब होए। 30 सालों कभी इहो जी प्रॉब्लम नहीं सी आई जिहड़ी कि इक्के सीजन दे विच आ गई आ। कभी इहो जी प्रॉब्लम नहीं सी आई। साढ़े मंडी के 6-7 लाख बोरी जिहड़ी परमल दी तुलदी आ, ਉਹ ਦੂਜੇ ਮੰਡੀਆਂ ਦੇ ਵਿੱਚ ਬਾਹਰ ਦੀਆਂ ਮੰਡੀਆਂ 'ਚ ਤੁਰ ਪਈ ਆ। ਇੱਥੇ ਵੱਧ ਤੋਂ ਵੱਧ 3-3.5 ਲੱਖ ਹੁਣ ਤੁਲੂਗੀ, ਅੱਧ ਤੁਲੂਗਾ। ਉਹਦਾ ਕਾਰਨ ਕੀ ਆ? ਇਹ ਟਰਾਂਸਪੋਰਟ ਦਾ ਕੰਮ, ਕਿਉਂਕਿ ਢੋਆ ਢੁਆਈ 'ਚ ਨਹੀਂ ਆ ਕੋਈ ਵੀ ਕੰਮ ਹੈਗਾ। ਵੇਖੋ ਸਰਕਾਰੀ ਹਦਾਇਤਾਂ ਮੁਤਾਬਕ ਜੋ ਵੀ ਆ ਪਰਚੇਜਰ ਆ, ਪਰਚੇਜ ਕਰਨਾ ਐਫ ਸੀ ਆਈ ਵਾਲੇ ਪਾਨਗਰੇਨ ਵਾਲੇ ਪਰਚੇਜ ਕੀਤੀ ਆ, ਪੈਸੇ ਵੀ ਪੈ ਗਏ ਆ ਸਾਨੂੰ, ਕੋਈ ਪ੍ਰੋਬਲਮ ਨਹੀਂ। ਜ਼ਿਮੀਂਦਾਰਾਂ ਨੂੰ ਪੈਸੇ ਵੀ ਆ ਗਏ, ਲੇਕਿਨ ਟੈਂਡਰ ਵਾਲੇ ਕੋਲ ਗੱਡੀਆਂ ਇੰਨੀਆਂ, ਵੇਖੋ ਚੱਕੇ ਲੱਗੇ ਆ ਸਾਰ ਸਵੇਰੇ। ਚੱਕੇ ਲੱਗਣ ਕਾਰਨ ਚੱਕਿਆਂ ਦੇ ਵੀ ਥਾਂ ਕੋਈ ਨਹੀਂ, ਟਰਾਲੀਆਂ ਲਾਉਣ ਲਈ ਥਾਂ ਹੈ ਨਹੀਂ। ਜ਼ਿਮੀਂਦਾਰ ਕੁਝ ਤਾਂ ਮੁੜ ਗਏ ਆ, ਕੁਝ ਵਿਚਾਰੇ ਸਾਡੇ ਕੋਲ ਆਪਣਾ ਇੱਥੇ ਲੈਣਾ ਦੇ ਵਿੱਚ ਖੜੇ ਆ। ਕੀ ਕੀਤਾ ਜਾਵੇ ਦੱਸੋ? ਅਸੀਂ ਜੇ ਬਰਸਾਤ, ਹਾਂਜੀ ਇਹ ਜੇ ਬਰਸਾਤ ਪੈ ਜਾਂਦੀ ਤਾਂ ਘੱਟ ਤੋਂ ਘੱਟ 2.5-3 ਲੱਖ ਜਿਹੜਾ ਤੋੜਾ ਨਾ, ਇਹ ਗਿਣੋ ਵੀ ਇਹ ਗੋਹਾ ਹੋ ਜਾਣਾ। ਇਹ ਕਿਉਂ ਸਰਕਾਰ ਨੇ ਜ਼ਿਮੀਂਦਾਰ ਤਲਾ ਗਏ ਆ, ਸਰਕਾਰ ਨੇ ਸਾਡੇ ਪੇਟੇ ਪਾਤਾ। ਜਿੰਨਾ ਚਿਰ ਅਸੀਂ ਲਵਾਉਂਦੇ ਨਹੀਂ, ਅਸੀਂ ਇਹਦੀ ਸ਼ੌਟ ਦਾ ਵੀ ਜ਼ਿੰਮੇਵਾਰ ਸਾਨੂੰ ਕੀਤਾ ਨੇ। ਅਤੇ ਜੇ ਅਸੀਂ ਆਪਣਾ ਖਰਾਬ ਹੋ ਜਾਂਦਾ ਉਹ ਵੀ ਸਾਡੇ ਪੱਲੇ ਪੈ ਜਾਣਾ, ਅਸੀਂ ਕੀ ਕਰਾਂ? ਕੁਆਲਿਟੀ ਜਿਹੜੀ ਉਹ ਡਿਸਕਲਰ ਹੋ ਜਾਣੀ ਆ ਜੇ ਕਿਤੇ ਮੀਂਹ ਪੈ ਜਾਂਦਾ, ਤੇ ਸਾਰਾ ਹੀ ਧਾਨ ਬਰਬਾਦ ਹੋ ਜਾਊਗਾ। ਕਿਸਾਨ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਟਰਾਲੀਆਂ ਲੈ ਕੇ ਕਿੰਨੇ ਦਿਨ ਖਲੋਣਾ ਪੈਂਦਾ ਉਹਨਾਂ ਨੂੰ? ਉਹ ਹੁਣ ਇਸ ਟਾਈਮ ਤੇ ਤਾਂ 2-3 ਦਿਨ ਲੱਗ ਜਾਂਦੇ ਜੀ। ਪ੍ਰਧਾਨ ਜੀ, ਜਿਹੜੇ ਟੈਂਡਰਸ ਆ ਉਹਨਾਂ ਦੇ ਵਿੱਚ ਕੋਈ ਕੰਡੀਸ਼ਨ ਹੈਗੀ ਹੈ ਟਰਾਂਸਪੋਰਟ ਦੀ? ਦੂਸਰੇ ਨੰਬਰ ਤੇ ਇਹ ਆ ਕਿ ਜਿਹੜੇ ਪਹਿਲਾਂ ਵੀ ਕਦੀ ਇਸ ਤਰ੍ਹਾਂ ਹੋਇਆ ਕਿ ਜਾਂ ਪਹਿਲੀ ਵਾਰੀ ਹੋਇਆ? ਨਹੀਂ, ਪਹਿਲੀ ਵਾਰੀ ਹੋਇਆ ਜੀ, ਕਦੀ ਇਹੋ ਜਿਹਾ ਰੌਲਾ ਹੀ ਨਹੀਂ ਪਿਆ। ਬਾਹਰ ਦੇ ਵੀ ਕਈ ਇੱਕ ਦੋ ਵਾਰੀ ਟੈਂਡਰ ਪਏ ਆ, ਬਾਹਰੋਂ ਵੀ ਪਏ ਆ, ਲੇਕਿਨ ਉਹਨਾਂ ਨੇ ਕੰਪਰੋਮਾਈਜ਼ ਕਰਕੇ ਸਾਰਾ ਕੁਝ ਕਰਕੇ ਤੇ ਆਪਣਾ ਕੰਮ ਸੰਪਾਦਿਤ ਕੀਤਾ। ਇਹ ਤਾਂ ਉਸ ਪਾਸੇ ਨਹੀਂ ਹੈਗੇ। ਫਿਰ ਵੇਖੋ, ਜੇ 25 ਰੁਪਈਏ ਟੈਂਡਰ ਪਾਇਆ, ਇੱਥੋਂ ਗੱਡੀ 30 ਰੁਪਈਏ ਜਾਣ ਰਹੀ ਆ, 6 ਰੁਪਈਏ ਆੜ੍ਹਤੀ ਦੇਣਗੇ ਜਾਂ ਤਾਂ ਉਹ ਦੇਣ ਉਹਨਾਂ ਨੂੰ ਪ੍ਰਾਈਵੇਟ ਟਰੱਕ ਲਿਆ ਕੇ, ਉਹ ਅਸੀਂ ਕਿਉਂ ਦਈਏ? ਇਹ ਸਰਕਾਰ ਕੋਲ ਮੰਗ ਕਰਦੇ ਹਾਂ ਵੀ ਇਹੋ ਜਿਹੇ ਕੰਮ ਜਿਹੜੇ ਨਾ ਆਪ ਕੋਈ ਸੁਚਾਰੂ ਢੰਗ ਦੇ ਨਾਲ ਕਹਿ ਕਰਨ, ਵਿੱਚ ਸਾਨੂੰ ਬਿਠਾ ਲੈਂਦੇ, ਕੋਈ ਨਾ ਕੋਈ ਮਸਲਾ ਤਾਂ ਹੱਲ ਹੁੰਦਾ। ਕੀ ਮਿਲੀ ਭੁਗਤਿਆ ਕੀ ਹੈਗਾ? ਮਿਲੀ ਭੁਗਤਾ ਸਾਨੂੰ ਸਰ ਕੋਈ ਪਤਾ ਨਹੀਂ ਕਿਹਦੀ ਕੀ ਮਿਲੀ ਭੁਗਤਿਆ। ਪਾਨਗਰੇਨ ਦੇ ਘਰ ਮੈਡਮ ਸੀ ਆਏ ਸੀ, ਉਹਨਾਂ ਨੇ ਵਿਸ਼ਵਾਸ ਤੋਂ ਆਇਆ ਸਾਨੂੰ ਕਿ ਅਸੀਂ 3 ਵਜੇ ਤੱਕ ਇਹਨਾਂ ਦਾ ਫੈਸਲਾ ਕਰ ਦਾਂਗੇ, ਜਾਂ ਟੈਂਡਰ ਜਿਹੜੇ ਆ ਉਹ ਤੁਹਾਡੇ ਨਾਲ ਹੋ ਜਾਣਗੇ ਸੇਲ 'ਚ, ਅਤੇ ਜਾਂ ਉਹ ਗੱਡੀਆਂ ਪਾਲਣਗੇ। ਅਸੀਂ ਮੈਡਮ ਨੂੰ ਮੁੜ ਕੇ ਫੋਨ ਕਰਦੇ ਰਹੇ, ਮੈਡਮ ਨੇ ਫੋਨ ਨਹੀਂ ਚੁੱਕਿਆ। ਇਹ ਨਹੀਂ ਪਤਾ ਕੋਈ ਸਰਕਾਰੀ ਦਬਾਅ ਆ ਜਾਂ ਕੋਈ ਉਹਨਾਂ ਦੀ ਪਰਸਨਲ ਆ, ਕੋਈ ਵੀ ਉਹਨਾਂ ਨੂੰ ਡੀਕਣ ਡੇ। ਕਦੋਂ ਦੀ ਗੱਲ ਹੈ? ਕੱਲ੍ਹ ਦੀ ਗੱਲ ਹੈ ਜੀ। ਕੱਲ੍ਹ ਮੈਡਮ ਦਾ ਕੀ ਨਾਮ? ਜਸਜੀਤ ਕੌਰ। ਹਾਂ, DSC ਪਨਗਰੇਡ। ਕਿੱਥੇ ਹਾਇਰ ਆਫੀਸਰ ਨਾਲ ਗੱਲ ਹੋਈ ਤੁਹਾਡੀ ਕਿਸੇ ਨਾਲ ਵੀ ਇਸ ਬਾਰੇ ਕਿ ਇਹ ਟੈਂਡਰ ਜਿਹੜਾ ਕੈਂਸਲ ਕੀਤਾ? ਹਾਂਜੀ, ਇਹ ਆਪਣਾ ਪਹਿਲਾਂ FCI ਦੇ AM ਅਨਿਲ ਜੀ ਆਏ ਸੀ, ਉਹਨਾਂ ਨੂੰ ਲਿਖ ਕੇ ਦਿੱਤਾ ਸਾਰੀ ਅਟਾਰੀ ਯੂਨੀਅਨ ਵੱਲੋਂ, ਅਤੇ ਇਹਨਾਂ ਦਾ ਟੈਂਡਰ ਜਿਹੜਾ ਉਹ ਕੈਂਸਲ ਕੀਤਾ ਜਾਵੇ। ਫਿਰ ਅਸੀਂ ਪਨਗਰੇਨ ਦੇ ਇੰਸਪੈਕਟਰ ਸੀ ਮਲਹੋਤਰਾ ਸਾਹਿਬ, ਉਹਨਾਂ ਨੂੰ ਲਿਖ ਕੇ ਦਿੱਤਾ ਵੀ ਇਹਨਾਂ ਦੇ ਕੋਈ ਗੱਡੀਆਂ ਨਹੀਂ, ਇਹਨਾਂ ਨੂੰ ਟੈਂਡਰ ਜਿਹੜਾ ਉਹਨਾਂ ਦਾ ਕੈਂਸਲ ਕੀਤਾ ਜਾਵੇ। ਲੇਕਿਨ ਉਹ ਲਿਖੀ ਨੂੰ ਚੀਜ਼ ਨੂੰ 10-12 ਦਿਨ ਹੋ ਗਏ, ਐਕਸ਼ਨ ਕੋਈ ਨਹੀਂ। ਕਿੱਡੀ ਕੁ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਕਿਉਂਕਿ ਜਿਹੜੀ ਆਮਦ ਹੈ ਉਹ ਹਜੇ ਵੀ ਜਾਰੀ ਆ ਕਿ ਲਿਫਟਿੰਗ ਨਹੀਂ ਹੋ ਰਹੀ? ਵੇਖੋ, ਆਮਦ ਜਾਰੀ ਆ, ਆਮਦ ਤੇ ਜਿੰਨੇ ਹੁਣ ਪਛੇਤਰਾ ਕੰਮ ਥੋੜ੍ਹਾ ਜਿਹਾ ਰਹਿ ਗਿਆ ਨੇ, ਵੇਚ ਵੇਚ ਟਾਵਾਂ ਜ਼ਿਮੀਂਦਾਰ ਆ ਰਿਹਾ, ਮਾਲ ਤੇ ਚਲ ਗਿਆ ਬਾਹਰ। ਲੇਕਿਨ ਸਾਨੂੰ ਇੱਕ ਖਸਜਾ ਵੀ ਜੇ ਮੀਂਹ ਪੈ ਗਿਆ, ਜਿੰਨੀਆਂ ਅਸੀਂ ਤਾਂ ਲਾਈਆਂ ਕੀ ਇਹ ਅਸੀਂ ਭਰਾਂਗੇ? ਫਿਰ ਵੇਖੋ, 24 ਘੰਟਿਆਂ ਬਾਅਦ ਇਹਨਾਂ ਮਾਲ ਚੁੱਕਣਾ ਦਾ ਛਾਟ ਕੀ ਆ? ਸਾਡਾ ਕਿਲੋ ਕਿਲੋ ਤੋੜਾ ਉੱਡ ਗਿਆ, ਉਹ ਇੰਸਪੈਕਟਰ ਤੋਂ ਆ ਕੇ ਇਹ ਦੇਣਗੇ? ਇਹ ਬੜੀ ਤਗੜੀ ਪ੍ਰੋਬਲਮ ਆ। ਜੇ ਅਸੀਂ ਢੋਣੇ ਆ ਆਪਣੇ, ਅਸੀਂ ਕੋਲ ਲਾਗਤ ਢਵਾਉਂਦੇ ਹਾਂ, ਸਾਨੂੰ ਕਿਰਾਏ ਦੀ ਆਸ ਹੈ ਨਹੀਂ। ਦੂਜੀ ਨੰਬਰ 'ਤੇ ਜੇ ਕੋਈ ਕਿਰਾਇਆ ਦੇ ਵੀ ਦਿੰਦੇ ਕੀ ਅਸੀਂ 30 ਰੁਪਈਏ 'ਤੇ ਕਿਤਨਾ ਅਸੀਂ ਲਵਾਂਗੇ? ਠੀਕ ਹੈ ਨਾ, ਲੱਗਦਾ ਜੀ ਕੋਈ ਸਿਆਸੀ ਦਬਾਅ ਆ ਜਿਸ ਕਰਕੇ ਹੋ ਰਿਹਾ ਸਾਰਾ ਇਹ? ਵੇਖੋ ਜੀ, ਸਿਆਸੀ ਦਬਾਅ ਤੁਹਾਨੂੰ ਤਾਂ ਪਤਾ ਹੀ ਆ ਵੀ ਜੇ ਇਹੋ ਜਿਹਾ ਕੰਮ ਇੰਨੇ 'ਤੇ ਤਾਂ ਹੋਇਆ ਨਹੀਂ, ਤਾਂ ਸਿਆਸੀ ਤੋਂ ਇਲਾਵਾ ਹੋਰ ਕੀ ਹੋ ਸਕਦਾ? ਅਸੀਂ ਇਸ ਚੀਜ਼ ਦੇ ਬਾਰੇ ਨਹੀਂ ਦੱਸਦੇ ਵੀ ਕਿਹਦਾ ਸਿਆਸੀ ਦਬਾਅ ਹੋਊਗਾ। ਤਾਂ ਵੇਖੋ, ਸਾਡੇ ਕੋਲ ਨਾ ਅਸੀਂ ਕਾਂਗਰਸੀ ਹਾਂ ਅਤੇ ਨਾ ਅਸੀਂ ਅਕਾਲੀ ਹਾਂ। ਸਾਡਾ ਮੇਨ ਮਕਸਦ ਕੀ ਆ? ਸਾਡਾ ਮੇਨ ਮਕਸਦ ਹੈ 13-13 ਧੂਲਾਂ ਦਾ। ਅਤੇ ਅਸੀਂ ਦੱਸੋ, ਨਾ ਕਾਂਗਰਸੀ ਨਾ ਅਕਾਲੀ, ਨਾ ਅਸੀਂ ਦਬਾਅ ਵਾਲਾ ਕੰਮ ਕਰਦੇ ਹਾਂ। ਅਸੀਂ ਇੱਕ ਬਿਜ਼ਨਸਮੈਨ ਹਾਂ ਅਤੇ ਜ਼ਿਮੀਂਦਾਰ ਪਹਿਲੂ ਹਾਂ, ਜੱਟ ਪਹਿਲੋਂ, ਕਿਸਾਨ ਪਹਿਲੂ ਹਾਂ। ਕਿਸਾਨ ਦਾ ਫਾਇਦਾ ਹੋਊਗਾ ਤਾਂ ਅਸੀਂ ਜੀਵਾਂਗੇ, ਅਤੇ ਕਿਸਾਨ ਦਾ ਫਾਇਦਾ ਹੋਊਗਾ ਤਾਂ ਸੈਲਰ ਵੀ ਬਚਣਗੇ, ਕਿਸਾਨ ਦਾ ਫਾਇਦਾ ਹੋਊਗਾ ਤਾਂ ਗੌਰਮੈਂਟ ਕਿਸਾਨ ਤੋਂ ਚੱਲਦੀਆਂ। ਇਸ ਕਰਕੇ ਅਸੀਂ ਪਹਿਲੋਂ ਸਭ ਤੋਂ ਕਿਸਾਨ ਹਾਂ।
ਅਸੀਂ ਕਾਲੇ ਕਾਨੂੰਨ ਦਾ ਵਿਰੋਧ ਵੀ ਕਰਦੇ ਹਾਂ, ਜਿਹੜਾ ਇਹਨਾਂ ਕਾਨੂੰਨ ਬਣਾਇਆ ਬਹੁਤ ਤਕੜਾ ਵਿਰੋਧ ਕਰਦੇ ਹਾਂ, ਲੇਕਿਨ ਅਸੀਂ ਉਹਨਾਂ ਦੇ ਨਾਲ ਨਹੀਂ ਬੈਠੇ। ਆਹ ਵੀ ਅਸੀਂ ਇੱਕ ਦੇਸ਼ ਭਗਤੀ ਵਾਲਾ ਕੰਮ ਕਰਦੇ ਹਾਂ ਵੀ ਸਾਰੀ ਫਸਲ ਸਾਂਭ ਕੇ ਇਹ ਹਿੰਦੁਸਤਾਨ ਗੌਰਮੈਂਟ ਦੇ ਕੋਨੇ ਕੋਨੇ ਤੱਕ ਪਹੁੰਚਾ ਕੇ ਲੋਕਾਂ ਦੇ ਮੂੰਹ 'ਚ ਅੰਨ ਪਾਉਣਾ। ਆਪਣਾ ਨਾਮ ਦੱਸ। ਨਾਮ ਅਮਰਜੀਤ ਸਿੰਘ ਜੀ। ਅਮਰਜੀਤ ਸਿੰਘ ਜੀ, ਸਮੱਸਿਆ ਜਿਹੜੀ ਤੁਹਾਡੀ ਕਾਫੀ ਗੰਭੀਰ ਹੈ, ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਮਿਲੀ ਭੁਗਤ ਸਾਹਮਣੇ ਆ ਰਹੀ ਹੈ, ਹਾਂਜੀ, ਤੁਸੀਂ ਉਹਨੂੰ ਐਕਸਪਲੇਨ ਕਰਨਾ ਚਾਹੋ ਕੀ ਆ ਉਹ? ਵੇਖੋ ਜੀ, ਵੀ ਜਿਹਦਾ ਟੈਂਡਰ ਹੁੰਦਾ ਆ, ਜਿਹਦਾ ਟੈਂਡਰ ਪਾਇਆ ਜਾਂਦਾ ਆ ਸਰਕਾਰੀ ਤੌਰ 'ਤੇ, ਜੇ ਉਹ 72 ਘੰਟੇ ਲਿਫਟਿੰਗ ਨਹੀਂ ਕਰਦਾ ਤਾਂ ਉਹਦਾ ਟੈਂਡਰ ਰੱਦ ਕੀਤਾ ਜਾਂਦਾ, ਵੀ ਦੂਸਰੇ ਨੂੰ ਟੈਂਡਰ ਦਿੱਤਾ ਜਾਂਦਾ। ਇਹ ਅੱਜ 20 ਦਿਨ ਹੋ ਗਏ ਨੇ ਟੈਂਡਰ ਹੋਏ ਨੂੰ, ਮਾਲ ਇੱਥੋਂ ਲਿਫਟ ਨਹੀਂ ਹੋਇਆ, ਉਹਦਾ ਟੈਂਡਰ ਕਿਉਂ ਨਹੀਂ ਰੱਦ ਕੀਤਾ ਗਿਆ? ਅਤੇ ਇਹਦੇ ਵਿੱਚ ਤਾਂ ਲੱਭਦਾ ਹੀ ਪਿਆ ਨਾ ਵੀ ਉਹ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਕੰਮ, ਉਹਦੇ ਕੋਲ ਗੱਡੀ ਕੋਈ ਨਹੀਂ ਹੈਗੀ, ਮਾਲ ਉਹ ਲਿਫਟ ਨਹੀਂ ਕਰ ਰਿਹਾ, ਉਹ ਚਾਹੁੰਦਾ ਆੜ੍ਹਤੀ ਆਪਣੇ ਕੋਲੋਂ ਕਰ ਦੇਣ, ਅਤੇ ਪੈਸੇ ਕਿਹਨੂੰ ਜਾਣੇ? ਪੈਸੇ ਤਾਂ ਟੈਂਡਰਕਾਰ ਨੂੰ ਜਾਣੇ, ਆੜ੍ਹਤੀ ਕਿਹਦੇ ਕੋਲ ਲੈਣਗੇ? ਇਹ ਟੈਂਡਰ ਰੱਦ ਕਰਕੇ ਆੜ੍ਹਤੀਆਂ ਦੇ ਨਾਂ ਕੀਤਾ ਜਾਵੇ, ਆੜ੍ਹਤੀ ਕਮ ਸੇ ਕਮ ਆਪਣੇ ਸਿਰ 'ਤੇ ਮਾਲ 'ਤੇ ਢੋ ਸਕਣ। ਇਹ 30 ਰੁਪਈਏ ਲੈਣ ਡੇ ਉਹ, ਹਾਂਜੀ, ਆਪ ਉਹ 30 ਰੁਪਈਏ ਲੈਣ ਡੇ, ਇਹਨਾਂ ਨੂੰ ਕਹਿਣ ਡੇ 21 ਰੁਪਈਏ ਸਾਨੂੰ ਦਿਓ, ਅਸੀਂ 21 ਰੁਪਈਏ ਤੁਹਾਨੂੰ ਦੇਵਾਂਗੇ। 21 ਰੁਪਈਏ ਵੀ ਦੇਣ ਦਾ ਮਤਲਬ ਹੈ ਵੀ ਕੁਛ ਵੀ ਨਹੀਂ ਦੇਣਾ। ਜਿਹੜਾ ਇਹਨਾਂ ਤੋਂ ਪਤਾ ਲੱਗਾ ਆ ਪ੍ਰਧਾਨ ਸਾਹਿਬ ਤੋਂ ਵੀ ਉਹ ਵੀ ਨਹੀਂ ਮਿਲਣ ਦੇ ਚਾਂਸ ਹੈਗੇ, ਅਤੇ ਇਹ ਇਹਨਾਂ ਦੀ ਬੇਨਤੀ ਇਹੋ ਹੀ ਆ ਵੀ ਇਹ ਟੈਂਡਰ ਰੱਦ ਕੀਤੇ ਜਾਣ ਅਤੇ ਸਾਡੇ ਨਾਂ ਕੀਤੇ ਜਾਣ, ਆੜ੍ਹਤੀਆਂ ਦੇ ਨਾਂ ਕੀਤੇ ਜਾਣ, ਜਾਂ L2 ਨੂੰ ਦਿੱਤਾ ਜਾਵੇ, ਜੋ ਪ੍ਰੋਸੀਜਰ ਆ ਸਰਕਾਰ ਦਾ ਉਹਦੇ ਮੁਤਾਬਕ ਹੀ ਹੋਣਾ ਚਾਹੀਦਾ। ਤੇ ਇੱਥੇ ਲੱਖਾਂ ਬੋਰੀਆਂ ਪਈਆਂ ਕੀ ਜੀ? ਪਹਿਲਾਂ ਤਾਂ ਟੈਂਡਰ ਦੇਣਾ ਬਣਦਾ ਨਹੀਂ ਸੀ, ਬਿਨਾਂ ਟਰਾਂਸਪੋਰਟ ਤੋਂ ਟੈਂਡਰ ਦੇ ਦਿੱਤਾ, ਉਸ ਤੋਂ ਬਾਅਦ 20 ਦਿਨ ਤੱਕ ਵੀ ਇਹਨੂੰ ਰੱਦ ਨਹੀਂ ਕੀਤਾ ਜਾ ਰਿਹਾ, ਕੀ ਸਿਆਸੀ ਦਬਾਅ ਆ, ਕੀ ਆ, ਕੀ ਕਾਰਨ ਹੈ? ਕਿਉਂਕਿ ਇੰਨੀ ਵੱਡੀ ਜਿਹੜੀ ਲੋਕਾਂ ਦੀ ਸਮੱਸਿਆ ਉਹ ਇਗਨੋਰ ਕੀਤੀ ਜਾ ਰਹੀ ਹੈ। ਵੇਖੋ ਜੀ, ਇਸ ਮੰਡੀ ਦੇ ਵਿੱਚ ਅਜੇ ਤੱਕ ਕਦੀ ਇੱਦਾਂ ਨਹੀਂ ਹੋਇਆ ਵੀ ਇੰਨੀਆਂ ਤਾਂਗਾਂ ਲੱਗ ਸਕਣ, ਇਹ ਪਹਿਲੀ ਵਾਰੀ ਹੋਇਆ। ਇਹ ਸਿਆਸੀ ਦਬਾਅ ਇੰਨਾ ਆ ਵੀ ਅੱਜ ਤੋਂ 20-25 ਦਿਨ ਹੋ ਗਿਆ ਖਰੀਦ ਹੋਈ ਨੂੰ, ਮਾਲ ਹੀ ਲਿਫਟ ਹੋ ਰਿਹਾ, ਇਹ ਸਿਆਸੀ ਦਬਾਅ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ? ਟਰਾਲੀਆਂ ਆਉਂਦੀਆਂ, ਸਵੇਰੇ ਜੱਟ ਲੈ ਕੇ ਆਉਂਦੇ ਆ, ਸ਼ਾਮ ਨੂੰ ਵਾਪਸ ਲੈ ਜਾਂਦੇ ਕਿਉਂਕਿ ਜਗ੍ਹਾ ਨਹੀਂ ਹੈਗੀ, ਅਤੇ ਜਾਂ ਉਹਨਾਂ ਨੂੰ ਦੂਜੀਆਂ ਮੰਡੀਆਂ 'ਚ ਬਾਹਰ ਜਾਣਾ ਪੈਂਦਾ। ਹੁਣ ਲਾਗੇ ਮੰਡੀਆਂ ਸਾਰੀਆਂ ਦੇ ਵਿੱਚ ਬਹੁਤ ਵਧੀਆ ਕੰਮ ਚੱਲਣ ਡਿਆ, ਸਾਡੀ ਇੱਕ ਵਾਹਿਦ ਮੰਡੀ ਆ ਅਟਾਰੀ, ਇਹਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ। ਇਹਦੀ ਰਾਜਾਤਾਲ ਮੰਡੀ ਆ ਇੱਕ, ਇੱਕ ਇਹਦੀ ਬੱਚੀ ਪਿੰਡ ਮੰਡੀ ਆ, ਦੋਨਾਂ ਜਗ੍ਹਾ 'ਤੇ ਜਾ ਕੇ ਵੇਖ ਲਓ, ਉੱਥੇ ਵੀ ਅੰਬਾਰ ਲੱਗੇ ਨੇ, ਇਹਨਾਂ ਦੀ 3 ਮੰਡੀਆਂ ਨੇ ਇਹਦੀਆਂ, ਅਟਾਰੀ ਮੰਡੀ ਦੀਆਂ, ਉਹਨਾਂ ਦੇ ਵਿੱਚ ਹੀ। ਹਾਂਜੀ ਹਾਂਜੀ ਹਾਂਜੀ, ਉਹ ਮਤਲਬ ਇੱਥੇ 4-5 ਲੱਖ ਇੱਥੇ ਬੋਰੀ ਪਈ, ਲੱਖ-ਲੱਖ 1.5-1.5 ਲੱਖ ਉੱਥੇ ਪਈ ਆ, ਉੱਥੇ ਵੀ ਜਗ੍ਹਾ ਨੇਗੀ। ਮਤਲਬ ਜੱਟ ਇੰਨਾ ਕੁ ਪਰੇਸ਼ਾਨ ਆ ਨਾ, ਉਹਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈਗਾ। ਕੀ ਕੌਣ ਹੈਗਾ ਜੀ ਬੰਦਾ ਜਿਹਨੂੰ ਇਹ ਟੈਂਡਰ ਦਿੱਤਾ ਗਿਆ? ਇੱਕ ਪ੍ਰੇਮ ਕੁਮਾਰ ਆ ਜੀ, ਤਰਨ ਤਾਰਨ ਤੋਂ, ਉਹਨਾਂ ਨੂੰ ਟੈਂਡਰ ਦਿੱਤਾ ਗਿਆ ਆ, ਉਹਨਾਂ ਕੋਲ ਗੱਡੀ ਕੋਈ ਨਹੀਂ ਹੈਗੀ। ਇਸ ਟਾਈਮ ਵੀ ਵੇਖ ਲਓ ਤੁਸੀਂ 12 ਵੱਜ ਗਏ, ਅੱਜ ਤੱਕ ਮੰਡੀ ਦੇ ਵਿੱਚ ਗੱਡੀ ਕੋਈ ਨਹੀਂ ਨਜ਼ਰ ਆਉਂਦੀ। ਇਹ ਜਿਹੜੀਆਂ ਕੋਈ ਗੱਡੀਆਂ 1-2 ਤੁਹਾਨੂੰ ਨਜ਼ਰ ਆ ਰਹੀਆਂ, ਪ੍ਰਾਈਵੇਟ ਸ਼ੈਲਰਾਂ ਦੀਆਂ ਗੱਡੀਆਂ ਨੇ। ਜਿਹੜਾ ਸਰਕਾਰੀ ਮਾਲ ਲਿਫਟ ਕਰਨ ਵਾਸਤੇ ਜਿਹੜੀ ਆ ਰਹੀ ਆ, MLA ਦੀ ਗੱਲ ਆ ਰਹੀ ਆ, ਤਰਸੇਮ ਸਿੰਘ DC ਦੀ ਗੱਲ ਆ ਰਹੀ ਆ, ਉਹ ਕਿਹਾ ਜਾ ਰਿਹਾ ਕਿ 5-5 ਰੁਪਏ ਪਰ ਬੋਰੀ ਮੰਗੀ ਉਸ। ਦੇਖੋ ਜੀ, ਇਹਦੇ ਤੁਹਾਨੂੰ ਦੱਸ ਸਕਦੇ ਆੜ੍ਹਤੀ ਜਿਹੜਾ ਦੱਸ ਰਹੇ ਨੇ ਜਾਂ ਤੁਹਾਨੂੰ ਜੱਟ ਭਰਾ ਦੱਸ ਰਹੇ ਨੇ, ਉਹ ਬਿਲਕੁਲ ਸਹੀ ਕਹਿ ਰਹੇ, ਕਿਉਂਕਿ ਉਹਨਾਂ ਕੋਲ ਆੜ੍ਹਤੀਆਂ ਨੇ ਕਿਹਾ ਹੋਣਾ ਵੀ ਅਸੀਂ ਤੁਹਾਡੇ ਪੈਸੇ ਇੰਨੇ ਕੱਟਣੇ ਆ, ਵੀ ਤੁਹਾਡਾ 5 ਰੁਪਈਏ ਤੋੜਾ ਕੱਟਣਾ ਹੈ, ਉੱਥੇ ਕੱਟ ਲੱਗਣਾ ਹੈ, ਉੱਥੇ ਦੇਣੇ ਪੈਣੇ ਆ ਪੈਸੇ। ਉਹ ਤਾਂ ਕਹਿ ਰਹੇ ਨੇ ਵੀ ਇਹ ਸਾਨੂੰ ਕਿਹਾ ਗਿਆ ਆ, ਇੱਥੇ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸੀ, ਹੁਣੇ ਬੋਲ ਰਹੇ, ਉਹ ਦੱਸ ਰਹੇ ਸੀ ਵੀ ਇਹ ਕੱਟ ਦੀ ਗੱਲ ਕਰ ਰਹੇ ਨੇ, ਅਤੇ ਉਹ ਉਹਨਾਂ ਨੂੰ ਜਾਣਾ ਆ, ਅਤੇ ਇਹਦੇ ਕਰਕੇ ਫਿਰ ਉਹ ਹੁਣ ਕੀ ਤੁਹਾਡਾ ਕੀ ਅੱਗੋਂ ਕੀ ਕਰਨ ਜਾ ਰਹੇ ਹੋ, ਕਿਉਂਕਿ ਅਫਸਰ ਤੁਹਾਡੀ ਸੁਣ ਨਹੀਂ ਰਹੇ ਕੋਈ ਵੀ, ਅੱਗੋਂ ਕੀ ਕਰਨ ਜਾ ਰਹੇ ਹੋ ਤੁਸੀਂ ਇਸ ਬਾਰੇ? ਦੇਖੋ ਜੀ, ਇਹ ਤਾਂ ਸਰਕਾਰ ਦੇ ਗਾੜੀ ਬੇਨਤੀ ਕਰਨ ਜਾ ਰਹੇ ਹਾਂ, ਕੱਲ੍ਹ ਵੀ DFC ਮੈਡਮ ਕੋਲ ਗਏ, ਅੱਜ ਵੀ ਸਵੇਰੇ ਹੁਣ ਜਾਣ ਦੀ ਚਾਂਸ ਨੇ, ਅਤੇ ਸਾਰੇ ਆੜ੍ਹਤੀ ਭਰਾ ਇਕੱਠੇ ਹੋ ਕੇ ਜਾਣਗੇ, ਅਤੇ ਇਹਦੇ ਵਿੱਚ ਉਹੀ ਕਹਿਣਗੇ ਵੀ ਟੈਂਡਰ ਤਾਂ ਰੱਦ ਕਰੋ, ਉਹਦੇ ਕੋਲ ਗੱਡੀ ਕੋਈ ਨਹੀਂ ਹੈਗੀ, ਅਤੇ ਟੈਂਡਰ ਰੱਦ ਹੋਣਾ ਚਾਹੀਦਾ, ਅਤੇ ਆੜ੍ਹਤੀਆਂ ਦੇ ਨਾ ਹੋਏ, ਉਹ ਮੁਸ਼ਕਲਾਂ ਉਹਨਾਂ ਦੀਆਂ ਹੱਲ ਹੋਣੀਆਂ ਚਾਹੀਦੀਆਂ ਨੇ, ਅਤੇ ਮਾਲ ਲਿਫਟ ਹੋਣਾ ਚਾਹੀਦਾ ਹੈ। ਜੇ ਇੱਥੇ ਬਾਰਿਸ਼ ਪੈਣ ਦੀ ਕਰੋੜਾਂ ਰੁਪਏ ਦਾ ਨੁਕਸਾਨ ਹੋਏ, ਅਤੇ ਮਾਲ ਖੁੱਲ੍ਹੇ ਦੇ ਵਿੱਚ ਮਾਲ ਪਿਆ ਆ, ਇਹਦਾ ਅੱਗੇ ਤੁਸੀਂ ਥੋੜ੍ਹਾ ਜਿਹਾ ਅੱਗੇ ਚੱਲ ਜਾਓਗੇ, ਟਰਾਲੀਆਂ ਵੇਖੋ ਤੁਸੀਂ, ਕਿੰਨੀ ਟਰਾਲੀ ਖੜੀ ਆ, ਬਿਲਕੁਲ ਭਰੀਆਂ ਖਲੋਤੀਆਂ ਨੇ, ਲਾਉਣ ਲਈ ਜਗ੍ਹਾ ਨਹੀਂ ਹੈਗੀ, ਅਤੇ ਬਹੁਤ ਬੁਰਾ ਹਾਲ ਆ। ਠੀਕ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਅਸੀਂ ਇੱਥੇ ਅਟਾਰੀ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਖੱਜਲ ਖਵਾਰੀ ਹੋ ਰਹੀ ਹੈ, ਨਾ ਹੀ ਇੱਥੇ ਝੋਨਾ ਲਿਫਟਿੰਗ ਹੋ ਰਿਹਾ, ਅਤੇ ਨਾ ਹੀ ਕਿਸਾਨਾਂ ਦੀ ਇੱਥੇ ਖਰੀਦ ਹੋ ਰਹੀ ਆ, ਨਾ ਹੀ ਇੱਥੇ ਜਿਹੜਾ ਇੱਥੇ ਇੰਸਪੈਕਟਰ ਆ ਮਾਰਕੀਟ ਕਮੇਟੀ, ਉਹ ਕਿਸਾਨਾਂ ਦੀ ਇੱਥੇ ਆਣ ਕੇ ਪਰਚੇਜ ਨਹੀਂ ਪਾ ਰਹੀ, ਅਤੇ ਜਿਹੜੇ ਆੜ੍ਹਤੀ ਆ, ਆੜ੍ਹਤੀ ਜਿਹੜੇ ਆਪਣੀਆਂ, ਹਾਂਜੀ, ਸਿਆਸੀ ਦਬਾਅ, ਅਸੀਂ ਆੜ੍ਹਤੀਆਂ ਰਾਹੀਂ ਸਾਨੂੰ ਪਤਾ ਲੱਗਾ ਅਸੀਂ ਕਿਸਾਨ ਆ, ਆੜ੍ਹਤੀ ਰਾਹੀਂ ਆਉਂਦੇ ਆ ਵੀ ਇੱਥੋਂ ਦਾ MLA ਤਰਸੇਮ ਸਿੰਘ DC ਹਲਕਾ ਅਟਾਰੀ ਦਾ, ਉਹ 5 ਰੁਪਈਏ ਇੱਕ ਜਿਹੜੇ 1 ਤੋੜੇ ਦੇ ਮੰਗ ਰਿਹਾ ਆ, ਅਤੇ ਉਹ ਇਸ ਕਰਕੇ ਝੋਨਾ ਇੱਥੇ ਨਹੀਂ, ਇੱਥੇ ਡੰਪ ਹੋਣ ਡਿਆ, ਇੱਥੋਂ ਝੋਨਾ ਨਹੀਂ ਚੁੱਕਿਆ ਜਾ ਰਿਹਾ। ਦੂਜੇ ਬੰਨੇ ਉਹਨੇ ਜਿਹੜਾ ਟੈਂਡਰ ਆ, ਉਹ ਵੀ ਉਹਨੇ ਗਲਤ ਪੈਸੇ ਲੈ ਕੇ ਗਲਤ
ਹੱਥਾਂ ਵਿੱਚ ਦਿੱਤਾ। ਜਿਹੜਾ ਇੱਥੇ ਯੂਨੀਅਨ ਅਟਾਰੀ ਇੱਥੇ ਬਹੁਤ ਟਰੱਕ ਆ ਉਹਨਾਂ ਨੂੰ ਨਹੀਂ ਦਿੱਤਾ, ਦੂਜੀ ਹੋਰ ਦੂਰ ਜਾ ਕੇ ਜਿਹੜੇ ਟਰੱਕਾਂ ਵਾਲਿਆਂ ਨੂੰ ਦਿੱਤਾ ਉਹਦੇ ਵਿੱਚੋਂ ਇਹਨੇ ਪੈਸੇ ਖਾਧੇ ਅਤੇ ਇੱਥੇ ਝੋਨਾ ਵੀ ਅਤੇ ਝੋਨਾ ਨਹੀਂ ਚੁੱਕਣ ਦੇ ਰਿਹਾ। ਦੂਜੇ ਪਾਸੇ ਜਿਹੜਾ ਸਿਫਤੀ ਸ਼ੈਲਰ ਆ ਉਹ ਵੀ ਸਰਕਾਰ ਦੇ ਬੰਦਿਆਂ ਦਾ, ਉਹ ਵੀ ਜਿਹੜਾ ਝੋਨਾ ਉਹਨਾਂ ਮਸ਼ੀਨਾਂ ਜਿਹੜੀਆਂ ਚਾਰ ਚਾਰ ਪੰਜ ਪੈਂਟ ਜਿਹੜਾ ਮੋਚਰ ਚੈੱਕ ਕਰਨ ਵਾਲੀਆਂ ਉਹ ਵਧਾਈਆਂ, ਉਹ ਜਦੋਂ ਇੱਥੋਂ ਮੋਚਰ ਚੌਕ ਜਾਂਦਾ ਵੀ ਸਤਾਰਾਂ ਜਾਂਦਾ ਉੱਥੇ ਉਹ ਜਾ ਕੇ ਉਹ ਜ਼ਿਆਦਾ ਮੋਚਰ ਹੋ ਜਾਂਦਾ ਅਤੇ ਉੱਥੇ ਫਿਰ ਟਰੱਕ ਜਿਹੜੇ ਇੱਥੇ ਵਾਪਸ ਆਉਂਦੇ ਆ। ਇਸ ਕਰਕੇ ਬਹੁਤ ਜ਼ਿਆਦਾ ਖੱਜਲ ਖਵਾਰੀ ਹੋ ਰਹੀ ਆ, ਕਿਸਾਨ ਬਹੁਤ ਦੁਖੀ ਆ, ਕਿਸਾਨ 6-7 ਦਿਨਾਂ ਤੋਂ ਇੱਥੇ ਰੋ ਰਿਹਾ, ਕੋਈ ਵੀ ਇੱਥੇ ਝੋਨੇ ਦੀ ਖਰੀਦ ਨਹੀਂ ਹੋ ਰਹੀ, ਨਾ ਹੀ ਇੱਥੇ ਟਰਾਲੀਆਂ ਇੱਧਰ ਲੱਦੀਆਂ ਖਲੋਤੀਆਂ, ਵਾਪਸ ਜਾਣਾ ਸਾਨੂੰ ਪੈਂਦਾ ਆ ਜਦੋਂ ਝੋਨਾ ਲੈ ਕੇ ਆਉਂਦੇ ਹਾਂ ਤਾਂ ਝੋਨਾ ਇੱਥੇ ਲੈਂਦਾ ਨਹੀਂ, ਸਾਨੂੰ ਕਈ ਕਈ ਰਾਤਾਂ ਇੱਥੇ ਖੱਜਲ ਖਰਾਬ ਹੋਣਾ ਪੈਂਦਾ ਅਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਸਾਡਾ ਝੋਨਾ ਚੁਕਾਇਆ ਜਾਵੇ, ਨਹੀਂ ਤਾਂ ਅਸੀਂ ਵੱਡਾ ਸੰਘਰਸ਼ ਕਰਨ ਨੂੰ ਇੱਥੇ ਤਿਆਰ ਹੋਵਾਂਗੇ। ਕੈਪਟਨ ਸਾਹਿਬ ਵਾਅਦੇ ਕਰਦਾ ਵੀ ਮੈਂ ਖਰੀਦ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਹੀ ਆ, ਪਰ ਇੱਥੇ ਕੋਈ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਕੋਈ ਪ੍ਰਬੰਧ ਨਹੀਂ ਆ, ਇੱਥੇ ਕਿਸਾਨ ਬਹੁਤ ਖੱਜਲ, ਨਾ ਹੀ ਇੱਥੇ ਕੋਈ ਮੰਡੀ 'ਚ ਪ੍ਰਬੰਧ ਆ, ਕੋਈ ਲੈਟਰਿੰਗ ਨਹੀਂ ਹੈਗੀ, ਕੋਈ ਪਾਣੀ ਇੱਥੇ ਸੜਕਾਂ 'ਚ ਫਿਰ ਰਿਹਾ, ਕੋਈ ਵੀ ਪ੍ਰਬੰਧ ਨਹੀਂ ਹੈਗਾ ਅਤੇ ਕਿਸਾਨ ਬਹੁਤ ਜ਼ਿਆਦਾ ਦੁਖੀ ਆ। ਮੈਮ ਦਾਣਾ ਮੰਡੀ ਅਟਾਰੀ ਦਾ ਇਸ਼ੂ ਹੈ ਜੀ, ਬੜਾ ਵੱਡਾ ਇਸ਼ੂ ਆ, ਉੱਥੇ ਦਾਣਾ ਮੰਡੀ ਦਾ ਇਸ਼ੂ ਹੈ ਜੀ, ਬੜਾ ਬਹੁਤ ਬੜਾ ਇਸ਼ੂ ਹੈ, ਉਸਮੇ ਜੋ ਹੈ ਟੈਂਡਰ ਉਸ ਵਿਅਕਤੀ ਕੋ ਦੇ ਦਿਆ ਗਿਆ ਜਿਸਕੇ ਪਾਸ ਲਿਫਟਿੰਗ ਕੇ ਲੀਏ ਟ੍ਰਾਂਸਪੋਰਟ ਹੀ ਨਹੀਂ ਹੈ, ਤੋ ਕਿਆ ਕਹਿਣਾ ਹੈ ਆਪਕੋ ਇਸ ਸਮੇਂ? उसको विभाग की तरफ से एक शोकस नोटिस ऑलरेडी इशू हो चुका है, सो उसको असेसमेंट के लिए शाम तक उसको फिर उसको आज का टाइम दिया गया है। लेट्स सी शाम की जो भी प्रोग्रेस आएगी उसी नोटिस के हिसाब से उसको दोबारा निकाल दिया जाए। इन केस अगर वो ही वॉन्ट बी एबल टू फुलफिल हिज कमिटमेंट्स तो उसका टेंडर रद्द किया कर दिया जाएगा। पर उनका कहना है कि ये प्रोविज़न ये है कि अगर 72 घंटे में कोई लिफ्टिंग नहीं करता तो उसका ऑटोमेटिकली जो है टेंडर कैंसिल कर दिया जाता है, लेकिन 20 दिन हो गए ये ऐसे ही चल रहा है, ऐसा कोई भी पॉलिटिकल प्रेशर नहीं है जी। ठीक है, कल भी मैं उधर मंडी में ही थी और उधर उनसे भी बड़ी ब्रीफ में डिटेल में उनसे डिस्कशन हुई एंड उसी के बाद मैं आके यहाँ पे उनको उसको नोटिस निकाला गया है। उसकी शाम को उसका जैसे द फर्स्ट हेयरिंग है, बिकॉज वी हैव टू फॉलो द ड्यू कोर्स ऑफ लॉ बिफोर द कैंसिलेशन ऑफ एनी ऑफ द टेंडर। सो अगर वो अपनी कंडीशंस नहीं फुलफिल कर पाएगा तो डेफिनेटली उसका टेंडर रद्द कर दिया जाएगा। टेंडर जब देते हैं उसमें प्री कंडीशन नहीं है कि शुड हैव ट्रांसपोर्ट एटलीस्ट, क्योंकि ट्रांसपोर्ट के बिना तो ये पॉसिबल नहीं है। सर देखो, जो भी उसकी रिक्वायरमेंट्स होती है दैट हैज बीन ऑलरेडी, मान लो जो भी हम उसको टेक्निकली इवेलुएट करते हैं, बट वेन एवर देर विल बी एनी क्राइसिस इन द सिचुएशन लाइक दिस, तो जो जो सिचुएशन आती है उसी के अकॉर्डिंगली उसके ऊपर एक्ट अपॉन करना होता है। बिकॉज अब कोई भी चीज़ प्री असेसमेंट, बिकॉज सिंस इट्स ए लार्ज ऑपरेशन वी कांट प्री असेस ईच एंड एवरीथिंग, सो जो जो जैसे जैसे आती है कंडीशन उसको उसके हिसाब से असेस कर लिया जाता है। ट्रांसपोर्ट होनी चाहिए definitely sir, that are the preconditions of technical and everything that was assessed, theek hai na, technically how can we give a tender without technically evaluating anything, so that was assessed. But at that time he promised to provide yeah definitely sir transport. That we have taken the list and everything for that, okay. So definitely simply you can understand how can we get tender without anybody technically qualifying. Is there any provision that if we don't provide the transportation his tender will be cancelled? Yeah, definitely. Within 72 hours? Definitely, sir.